ਗਗਨ ਮਹਿਥਾਲ ਰਾਮਚੰਦ ਦੀਪਕ ਬਣੇ, ਤਾਰਿਕਾ ਮੰਡਲ ਜਨਕ ਮੋਤੀ, ਜਿਸ ਦਾ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਚ ਅਰਥ ਹੈ ਕਿ ਥਾਲੀ ਚ ਰੱਖ ਦੀਵੇ ਪੂਜਾ ਨਾ ਕਰਨਾ, ਤੇ ਅਸਲ ਅਰਥਾਂ ਚ ਭਾਵ ਸਾਰਾ ਆਕਾਸ਼ ਮਾਨੋ ਥਾਲ ਹੈ। ਸੂਰਜ ਤੇ ਚੰਦ ਉਸ ਥਾਲ ਵਿਚ ਦੀਵੇ ਬਣੇ ਹੋਏ ਨੇ, ਤਾਰਿਆਂ ਦੇ ਸਮੂਹ ਮਾਨੋ ਥਾਲ ਵਿਚ ਮੋਤੀ ਰੱਖੇ ਹੋਏ ਨੇ। ਗੁਰੂ ਨਾਨਕ ਦੇਵ ਜੀ ਨੇ ਇਸ ਆਰਤੀ ਦੇ ਜ਼ਰੀਏ ਕੁਦਰਤ ਦੀ ਵਡਿਆਈ ਕੀਤੀ, ਪਰ ਗੁਰੂ ਨਾਨਕ ਦੇ ਬਣਾਏ ਸਿੱਖਾਂ ਨੂੰ ਆਖਰ ਬੁਖਾਰ ਕਿਹੜਾ ਚੜ ਗਿਆ, ਜੋ ਗੁਰੂ ਨਾਨਕ ਪਾਤਸ਼ਾਹ ਦੇ ਕੁਦਰਤ ਦੀ ਸਿਫਤ ਚ ਬਣਾਏ ਸਿਧਾਂਤ ਨੂੰ ਭੁੱਲਦੇ ਜਾ ਰਹੇ ਨੇ। ਤਸਵੀਰਾਂ ਚ ਸਾਫ ਦੇਖ ਸਕਦੇ ਹੋ ਕਿ ਕਈ ਸੰਪਰਦਾਵਾਂ ਅਤੇ ਜਥੇਬੰਦੀਆਂ ਵੱਲੋਂ ਕੀਤੀ ਗਈ ਮਰਿਆਦਾ, ਜਿਸ ਨੂੰ ਵੇਖ ਤੁਸੀਂ ਵੀ ਸੋਚ ਰਹੇ ਹੋਵੋਗੇ ਕਿ ਕੀ ਵਾਕਿਆ ਹੀ ਗੁਰੂ ਗ੍ਰੰਥ ਸਾਹਿਬ ਜੀ ਸਾਹਮਣੇ ਪੂਜਾ ਕਰਨਾ ਜਾਇਜ਼ ਹੈ। ਮਾਮਲਾ ਹੈ ਭਾਈ ਦਇਆ ਸਿੰਘ ਸੁਰ ਸਿੰਘ ਵਾਲਾ ਦਾ, ਜਿੱਥੇ ਮਹਾਨ ਸਮਾਗਮ ਹੋਇਆ। ਇਸ ਮੌਕੇ ਵੱਡੀ ਗਿਣਤੀ ਵਿੱਚ ਸਿੱਖ ਸੰਗਤਾਂ ਵੱਲੋਂ ਆਰਤੀ ਸ਼ਬਦ ਦਾ ਉਚਾਰਨ ਕੀਤਾ ਗਿਆ, ਜਿਸ ਵਿੱਚ ਥਾਲੀ ਵਿੱਚ ਦੀਵੇ ਰੱਖ ਕੇ ਗੁਰੂ ਗ੍ਰੰਥ ਸਾਹਿਬ ਦੀ ਆਰਤੀ ਉਤਾਰੀ ਗਈ। ਇਸ ਮੌਕੇ ਪੰਥ ਦੇ ਮਹਾਨ ਢਾਡੀ ਜਥਾ ਭਾਈ ਤਰਸੇਮ ਸਿੰਘ ਮੋਰਾਵਾਲੀ ਵੀ ਪਹੁੰਚੇ ਹੋਏ ਸਨ, ਜਿਨ੍ਹਾਂ ਵੱਲੋਂ ਇਸ ਆਰਤੀ ਦਾ ਸੋਸ਼ਲ ਮੀਡੀਆ ਤੇ ਲਾਈਵ ਕੀਤਾ ਗਿਆ। ਇਸ ਲਾਈਵ ਨੂੰ ਵੱਡੀ ਗਿਣਤੀ ਵਿੱਚ ਸਿੱਖ ਸੰਗਤਾਂ ਵੱਲੋਂ ਕਮੈਂਟ ਵੀ ਕੀਤੇ ਗਏ, ਜਿਨ੍ਹਾਂ ਵਿੱਚ ਵੱਡੀ ਗਿਣਤੀ ਵਿੱਚ ਸਿੱਖ ਸੰਗਤਾਂ ਦਾ ਕਹਿਣਾ ਕਿ ਸਿੱਖ ਧਰਮ ਦੀ ਮਰਿਆਦਾ ਤੋਂ ਉਲਟ ਹੈ। ਗੱਲਬਾਤ ਦੌਰਾਨ ਉਹਨਾਂ ਕਿਹਾ ਕਿ ਇਹ ਸਮਾਗਮ ਕੱਲ ਸੁਰ ਸਿੰਘ ਵਾਲਾ ਵਿਖੇ ਹੋਇਆ ਸੀ। ਨਹਿੰਗ ਸਿੰਘ ਜਥੇਬੰਦੀਆਂ ਅਤੇ ਹੋਰ ਵੀ ਸਿੱਖ ਪੰਥ ਦੇ ਜਥੇਬੰਦੀਆਂ ਦੀ ਬਹੁਤ ਸਮਾਂ ਪਹਿਲਾਂ ਤੋਂ ਮਰਿਆਦਾ ਚੱਲਦੀ ਆ ਰਹੀ ਹੈ ਅਤੇ ਗੁਰਬਾਣੀ ਦੇ ਸ਼ਬਦ ਪੜੇ ਗਏ ਨੇ। ਇਹ ਤਾਂ ਜਾਂ ਤਾਂ ਉਹਨਾਂ ਨੂੰ ਚਾਹੀਦਾ ਵੀ ਉੱਥੇ ਮੌਕੇ ਤੇ ਜਾ ਕੇ ਦੇਖਣ ਇਹ ਹੁੰਦੀ ਕਿੱਦਾਂ ਆ, ਉਹ ਪੜ੍ਹਦੇ ਬੋਲਦੇ ਕੀ ਆ ਤੇ ਉਹ ਕਰਦੇ ਕੀ ਆ, ਸਮਝ ਗਏ ਜੀ। ਦੂਜੀ ਗੱਲ ਇਹ ਆ, ਇਹ ਜਿਹੜੀ ਗੱਲ ਆ ਇਹ ਕੋਈ ਅੱਜ ਨਵੀਂ ਕੱਲ ਨਹੀਂ ਹੋਈ, ਇਹ ਪਹਿਲਾਂ ਤੋਂ ਹੁੰਦੀ ਆਈ ਆ ਜਿੱਦਾਂ ਕਹਿ ਲੋ। ਤੇ ਕਈ ਚੀਜ਼ਾਂ ਵੀਰ ਜੀ, ਮਸਲਾ ਇਹ ਆ ਨਾ, ਹੁਣ ਬਹੁਤ ਚੀਜ਼ਾਂ ਜਿਹੜੀਆਂ ਅਣਗੌਲੀਆਂ ਦੀਆਂ ਹੋਈ ਜਾਂਦੀਆਂ ਜਾਂ ਅਣਗੌਲੀਆਂ ਕਰੀ ਜਾਂਦੇ ਆ ਜਾਂ ਕਹੀ ਜਾਂਦੇ ਆ, ਉਹਦੇ ਵਿੱਚ ਤਾਂ ਹੁੰਦਾ ਵੀ ਜੇ ਉਹਨਾਂ ਨੇ ਉਹ ਸ਼ਬਦ ਕੋਈ ਹੋਰ ਪੜ੍ਹੇ ਆ ਜਾਂ ਗੱਲ ਕੋਈ ਹੋਰ ਕੀਤੀ ਆ ਜਾਂ ਕਿਸੇ ਤਰ੍ਹਾਂ ਵੀ, ਤੇ ਇਹ ਜਿਹੜੀਆਂ ਇਹ ਪਹਿਲਾਂ ਸਮੇਂ ਬਹੁਤ ਸਮੇਂ ਤੋਂ ਚੱਲੀਆਂ ਆ ਰਹੀਆਂ। ਅੱਜ ਇਹ ਜਿਹੜੀ ਕੈਂਤੂ ਪ੍ਰੰਤੂ ਆ ਵੀਰ ਜੀ, ਇਹ ਤਾਂ ਮਹਾਰਾਜ ਜੀ ਕਿਰਪਾ ਕਰੇ ਕਰਨੇ ਵਾਲਾ ਕੋਈ ਬਾਹਰੋਂ ਨਹੀਂ ਆਉਂਦਾ, ਸਾਡੇ ਆਪਣੇ ਹੀ ਆਪਣੇ ਧਰਮ ਤੇ ਕੈਂਤੂ ਪ੍ਰੰਤੂ ਕਰੀ ਜਾਂਦੇ ਆ, ਬਾਹਰ ਲਿਆਉਣ ਕੋਲ ਤਾਂ ਟਾਈਮ ਹੀ ਹੈ ਨੀ। ਠੀਕ ਆ ਜੀ, ਬੇਨਤੀ ਇਹ ਆ ਵੀ ਮੌਕੇ ਤੇ ਜਾ ਕੇ ਇਹ ਕੋਈ ਜੇ ਕਿਸੇ ਨੂੰ ਲੱਗਦਾ ਕੋਈ ਗਲਤ ਕਰਦੇ ਆ, ਮੌਕੇ ਤੇ ਜਾ ਕੇ ਉਹ ਦੇਖਣ ਜਾ ਕੇ ਉੱਥੇ ਹਾਂ ਹੁੰਦਾ ਕੀ ਆ ਤੇ ਉਹ ਕਰਦੇ ਕੀ ਆ, ਕਰਦੇ ਕਿਉਂ ਆ, ਕਿਵੇਂ ਕਰਦੇ ਆ, ਕਿੰਨੇ ਚਿਰ ਤੋਂ ਕਰਦੇ ਆ। ਮੈਂ ਤੇ ਤੁਹਾਨੂੰ ਇਹ ਗੱਲ ਦੱਸ ਰਿਹਾ ਵੀ ਬਾਬਾ ਜੀ ਸਾਰਾ ਕੁਛ ਏ ਟੂ ਜ਼ੈਡ ਕਲੀਅਰ ਹੋ ਜਾਊਗਾ। ਇਹ ਜਿਹੜੀ ਇਹ ਬੁੱਢੇ ਦਲ ਚ ਵੀ ਹੁੰਦੀ ਆ, ਬੀਡੀ ਚੰਦੀਆਂ ਦੇ ਵੀ ਹੁੰਦੀ, ਜਿੰਨੀਆਂ ਨਿਹੰਗ ਸਿੰਘ ਜਥੇਬੰਦੀਆਂ ਵੀ ਕਰਦੇ ਆ, ਹੋਰ ਉਹਨਾਂ ਤੋਂ ਬਿਨਾਂ ਵੀ ਹੁੰਦੀ ਆ ਜੀ, ਨਿਹੰਗ ਸਿੰਘ ਜਥੇਬੰਦੀਆਂ ਤੋਂ ਬਿਨਾਂ ਹੁੰਦੀ ਆ। ਔਰ ਇਹ ਕਿਹੜਾ ਅੱਜ ਹੋਣ ਲੱਗੀ ਬਾਬਾ ਜੀ, ਜੇ ਕੋਈ ਅੱਜ ਕਰਨ ਲੱਗਿਆ ਫਿਰ ਤੇ ਆਪਾਂ ਉਹਨੂੰ ਕਹਿ ਸਕਦੇ ਹਾਂ ਭਾਈ ਸਾਹਿਬ ਤੁਸੀਂ ਕੋਈ ਨਵੀਂ ਰੀਤ ਚਲਾ ਲਈ ਆ। ਤੇ ਬਾਕੀ ਇਹ ਆ ਵੀ ਜੋੜ ਮੇਲੇ ਮਹਾਰਾਜ ਦੀ ਕਿਰਪਾ ਨਾਲ ਹੁੰਦੇ ਆ, ਆਉਂਦੇ ਆ, ਸਾਰਾ ਕੁਛ ਹੁੰਦਾ ਉੱਥੇ ਮੌਕੇ ਤੇ ਆ ਕੇ,
ਤੇ ਉੱਥੇ ਉਸੇ ਵੇਲੇ ਉਹਨਾਂ ਨੂੰ ਆ ਜਾਣਾ ਚਾਹੀਦਾ, ਪੁੱਛ ਲੈਣਾ ਚਾਹੀਦਾ। ਜਿਹੜਾ ਅਸੀਂ ਕਹਿੰਦੇ ਆ ਨਾ ਆਪਾਂ ਵੀਰ ਜੀ, ਦੇਖੋ ਧਰਮ ਕੋਈ ਨੀ ਮਾੜਾ ਜੀ, ਨਾ ਹੀ ਸਾਨੂੰ ਹੱਕ ਆ ਕਿਸੇ ਦੇ ਧਰਮ ਨੂੰ ਮਾੜਾ ਕਹਿਣ ਦਾ। ਜੇ ਮਤਲਬ ਅਸੀਂ ਸਿੰਘ ਆ, ਸਿੱਖ ਧਰਮ ਨੂੰ ਮੰਨਦੇ ਆ, ਤੇ ਅਸੀਂ ਉੱਠ ਕੇ ਹਿੰਦੂ ਵੀਰਾਂ ਨੂੰ ਜਾਂ ਕਿਸੇ ਮੁਸਲਮਾਨ ਭਰਾ ਨੂੰ ਜਾਂ ਕਿਸੇ ਨੂੰ ਕੁਛ ਕਹੀਏ, ਸਾਡਾ ਨੀ ਹੱਕ, ਸਾਰੇ ਆਪੋ ਆਪਣੇ ਧਰਮ ਚ ਸਹੀ ਆ। ਇਸ ਵੀਡੀਓ ਨੂੰ ਲੈ ਕੇ ਸੋਸ਼ਲ ਮੀਡੀਆ ਤੇ ਸਿੱਖ ਜਥੇਬੰਦੀਆਂ ਦੀ ਕਾਫੀ ਫਜ਼ੀਹਤ ਵੀ ਹੋ ਰਹੀ ਹੈ, ਜੋ ਕਿ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਚੁੱਕੀ ਹੈ। ਬਿਊਰੋ ਰਿਪੋਰਟ, ਪੰਜਾਬੀ ਟੀਵੀ।